ਬ੍ਰਿਟਿਸ਼ ਭਵਨ ਨਿਰਮਾਣ ਕਲਾ ਦਾ ਨਮੂਨਾ ਪੇਸ਼ ਕਰਦੀ ਹੈ। ਇਹ ਇਮਾਰਤ ਫਾਜ਼ਿਲਕਾ ਦੇ 118 ਸਾਲ ਪੁਰਾਣੇ ਰਘੂਵਰ ਭਵਨ ਦੀ ਹੈ। ਇਸ ਦੀ ਵਸਤੂ ਸ਼ੈਲੀ ਭਾਰਤੀ ਮੁਗਲਕਲੀਨ ਅਤੇ ਬ੍ਰਿਟਿਸ਼ ਵਸਤੂ ਕਲਾ ਦਾ ਅਨੋਖਾ ਸੰਗਮ ਹੈ। ਪਰ ਆਓ ਫਾਜ਼ਿਲਕਾ ਦੇ ਇਤਿਹਾਸਕਾਰ ਲਛਮਣ ਦੋਸਤ ਤੋਂ ਜਾਣਦੇ ਹਾਂ ਇਸ ਇਮਾਰਤ ਦਾ ਇਤਿਹਾਸ। ਦੇ ਵਿੱਚ ਜਿਹੜੀ ਸਭ ਤੋਂ ਪੁਰਾਣੀ ਇਮਾਰਤ ਆ ਉਹ ਹੈ ਰਘੂਵਰ ਭਵਨ। 118 ਸਾਲ ਪੁਰਾਣੀ ਰਘੂਵਰ ਭਵਨ ਦੀ ਇਹ ਇਮਾਰਤ 1901 ਦੇ ਵਿੱਚ ਬਣਾਈ ਗਈ ਸੀ। ਇਸ ਦੀ ਬੈਕ ਸਾਈਡ ਜੋ ਕਲੋਨੀ ਹੈ ਨਵੀਂ ਆਬਾਦੀ ਇਸਲਾਮਾਬਾਦ, ਉਹ ਸਾਰਾ ਮੁਸਲਮਾਨਾਂ ਦਾ ਏਰੀਆ ਸੀਗਾ ਔਰ ਹਿੰਦੂ ਕਮਿਊਨਿਟੀ ਦੀ ਇੱਕ ਇਹੀ ਰਘੂਵਰ ਭਵਨ ਜੋ ਬਣਾਏ ਗਏ ਇਹ ਇਮਾਰਤ ਸੀ। ਇਸ ਦੇ ਸਾਹਮਣੇ ਜੋ ਇਲਾਕਾ ਹੈ ਉੱਧਰ ਅੰਗਰੇਜ਼ ਰਹਿੰਦੇ ਸੀਗੇ, ਉਹਨਾਂ ਦਾ ਬੰਗਲਾ ਸੀਗਾ। ਨਾਲ ਹੀ ਉਸ ਦੇ ਜਿੱਥੇ ਫਿਲਹਾਲ DC ਮਾਡਲ ਸਕੂਲ ਹੈ ਇੱਥੇ ਚਰਚ ਬਣੀ ਹੋਈ ਸੀ। ਇਸ ਤੋਂ ਅੱਗੇ ਥੋੜ੍ਹੀ ਜਿਹੀ ਗੋਲ ਕੋਠੀ ਦੀ ਇਮਾਰਤ ਸੀਗੀ। 1901 ਦੇ ਵਿੱਚ ਬਣੀ ਇਹ ਰਘੂਵਰ ਭਵਨ ਇਮਾਰਤ ਕਿਸੇ ਵੇਲੇ ਤਾਂ ਇੱਕ ਬੁਲੰਦ ਇਮਾਰਤ ਦੇ ਨਾਮ 'ਤੇ ਜਾਣੀ ਜਾਂਦੀ ਸੀ। ਇਸ ਦੇ ਆਸ ਪਾਸ ਜੋ ਜ਼ਮੀਨ ਹੈ 16 ਏਕੜ ਪੁਆਇੰਟ ਕੁਛ ਹੋਰ ਵੀ ਹੈ, ਕਾਫੀ ਲੰਬੀ ਚੌੜੀ ਇਹ ਜਗ੍ਹਾ ਹੈ। ਉਹ ਦੱਸਦੇ ਹਨ ਕਿ ਇੱਥੇ ਉਸ ਵੇਲੇ ਸੁਰੱਖਿਆ ਲਈ ਦੀਵਾਰਾਂ ਵੀ ਬਣਾਈਆਂ ਗਈਆਂ ਸਨ ਪਰ ਸਮੇਂ ਨੇ ਉਹਨਾਂ ਦੀਵਾਰਾਂ ਦੇ ਦੇ ਚਾਰੇ ਪਾਸੇ ਕਾਫੀ ਵੱਡੀ ਵੱਡੀ ਦੀਵਾਰ ਵੀ ਸੀਗੀ ਕਿਉਂਕਿ ਸੁਰੱਖਿਆ ਇੱਥੇ ਜ਼ਰੂਰੀ ਸੀਗੀ। ਕਮਿਊਨਿਟੀ ਦੀ, ਹਿੰਦੂ ਕਮਿਊਨਿਟੀ ਦੀ ਇਹ ਇੱਕ ਹੀ ਇਮਾਰਤ ਇਸ ਏਰੀਏ ਦੇ ਵਿੱਚ ਬਣੀ ਹੋਈ ਸੀ। ਸੁਰੱਖਿਆ ਦੇ ਵਾਸਤੇ ਇੱਕ ਗੇਟ ਵੀ ਸੀਗਾ ਜਿਹਦੇ ਵਿੱਚੋਂ ਲੰਘ ਕੇ ਆਉਂਦੇ ਸੀਗੇ। ਆਸ ਪਾਸ ਇੱਥੇ ਮਕਾਨ ਵੀ ਕਾਫੀ ਬਣੇ ਹੋਏ ਸੀਗੇ। ਉਸ ਤੋਂ ਬਾਅਦ ਇੱਥੇ ਸਾਹਮਣੇ ਬਾਗ ਵੀ ਲਗਾਇਆ ਗਿਆ, ਅੰਬ ਅਨਾਰ ਹੋਰ ਵੀ ਕਿੰਨੂ ਵਗੈਰਾ ਦਾ, ਅਮਰੂਦ ਦਾ ਬਾਗ ਕਾਫੀ ਵਧੀਆ ਲੱਗਦਾ ਸੀਗਾ। ਸਾਹਮਣੇ ਇਹਦੇ ਇੱਕ ਥੜਾ ਸੀਗਾ ਉਹ ਪਿੱਪਲ ਦੇ ਆਸ ਪਾਸ ਬਣਾਇਆ ਗਿਆ ਸੀ। ਇਹ ਵੀ ਕਹਿੰਦੇ ਨੇ ਕਿ ਇਹੀ ਨਹੀਂ, ਇਹ ਜਗ੍ਹਾ ਕਿਸੇ ਵੇਲੇ ਲੋਕਾਂ ਦੇ ਮਨੋਰੰਜਨ ਲਈ ਵੀ ਸਭ ਤੋਂ ਕਾਫੀ ਪ੍ਰਸਿੱਧ ਰਹੀ। ਉਹ ਦੱਸਦੇ ਹਨ ਕਿ ਇੱਥੇ ਕਿਸੇ ਵੇਲੇ ਮੁਜਰਾ ਹੁੰਦਾ ਸੀ ਜਿੱਥੇ ਕਲਾਕਾਰ ਆ ਕੇ ਆਪਣੀ ਕਲਾ ਦਾ ਪ੍ਰਗਟਾਵਾ ਕਰਦੇ। ਕਹਿੰਦੇ ਨੇ ਕਿ ਇੱਥੇ ਕਿਸੇ ਵੇਲੇ ਮੁਜਰਾ ਵੀ ਹੁੰਦਾ ਸੀਗਾ ਔਰ ਕਲਾਕਾਰ ਆ ਕੇ ਇੱਥੇ ਗੀਤ ਵੀ ਬੋਲਦੇ ਸੀਗੇ। ਬੜਾ ਵਧੀਆ ਨਜ਼ਾਰਾ ਇੱਕ ਫਾਜ਼ਿਲਕਾ ਨੂੰ ਦੇਖਣ ਦੇ ਲਈ ਇਸ ਜਗ੍ਹਾ 'ਤੇ ਮਿਲਦਾ ਸੀਗਾ। ਇਸ ਤੋਂ ਬਾਅਦ ਹੌਲੀ ਹੌਲੀ ਜਦੋਂ ਇਹ ਸੇਠ ਮੁਨਸ਼ੀ ਰਾਮ ਅਗਰਵਾਲ ਜੀ ਜਿਨ੍ਹਾਂ ਨੇ ਫਾਜ਼ਿਲਕਾ ਦੇ ਵਿੱਚ ਇੱਕ ਕਾਲਜ ਦਿੱਤਾ ਹੈ ਫਾਜ਼ਿਲਕਾ ਨੂੰ, ਇੱਕ ਉਹਨਾਂ ਨੇ ਕਮਿਊਨਿਟੀ ਹਾਲ ਵੀ ਦਿੱਤਾ, ਕਾਫੀ ਦੇਣ ਆ ਉਹਨਾਂ ਦੀ ਸੇਠ ਮੁਨਸ਼ੀ ਰਾਮ ਅਗਰਵਾਲ ਜੀ ਦੀ। ਉਹਨਾਂ ਨੇ ਇਹ ਜਦੋਂ ਜਗ੍ਹਾ ਲਈ ਹੈ ਤਾਂ ਉਹਨਾਂ ਨੇ ਵੀ ਕਾਫੀ ਅੱਛਾ ਇਸ ਏਰੀਏ ਦਾ ਸੁਧਾਰ ਕੀਤਾ। ਬਟ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਨੇ ਇਹ ਉਹਨਾਂ ਨੇ ਦਾਨ ਕਰ ਦਿੱਤੀ ਸੀਗੀ, ਇੱਕ MR ਕਾਲਜ ਜੋ ਟਰੱਸਟ ਹੈ ਉਹਨਾਂ ਨੂੰ ਦਾਨ ਕਰ ਦਿੱਤੀ ਸੀਗੀ। ਉਹ ਦੱਸਦੇ ਹਨ ਕਿ ਇਹ ਜਗ੍ਹਾ ਕਿਸੇ ਵੇਲੇ ਫਾਜ਼ਿਲਕਾ ਦੇ ਅਮੀਰ ਸੇਠ ਮੁਨਸ਼ੀ ਰਾਮ ਵੱਲੋਂ ਦਾਨ ਕੀਤੀ ਗਈ ਸੀ, ਉਹਨਾਂ ਨੂੰ ਦਾਨ ਕਰ ਦਿੱਤੀ ਸੀਗੀ ਵੀ ਇਹ ਉਹਦੇ ਵਾਸਤੇ ਹੀ ਪ੍ਰਯੋਗ ਕੀਤੀ ਜਾਵੇਗੀ। ਉਸ ਤੋਂ ਬਾਅਦ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇਹ ਜ਼ਮੀਨ ਹੁੰਦੀ ਹੋਈ ਫਿਲਹਾਲ ਨਗਰ ਸੁਧਾਰ ਟਰੱਸਟ ਦੇ ਕੋਲ ਆ ਗਈ ਸਾਰੀ ਜ਼ਮੀਨ ਔਰ ਨਗਰ ਸੁਧਾਰ ਟਰੱਸਟ ਨੇ ਇੱਕ ਦਿਨ ਇਸ ਦੀ ਬਿਕਵਾਲੀ ਕਰ ਦਿੱਤੀ ਅਤੇ ਕਲੋਨੀ ਬਣਾਉਣ ਵਾਸਤੇ MR ਕਲੋਨੀ ਜੋ ਬਣਾਉਣੀ ਸੀਗੀ ਉਹ ਬਣਾਉਣ ਵਾਸਤੇ ਉਹਨਾਂ ਨੇ ਇੱਥੇ ਇਸ਼ਤਿਹਾਰ ਵਗੈਰਾ ਵੀ ਵੰਡ ਦਿੱਤੇ। ਉਹ ਇਸ਼ਤਿਹਾਰਾਂ ਦੇ ਜਦੋਂ ਸਾਨੂੰ ਪਤਾ ਲੱਗਿਆ ਕਿ ਇਸ ਜਗ੍ਹਾ ਨੂੰ, ਇਸ ਇਮਾਰਤ ਨੂੰ ਵੀ ਵਿੱਚ ਉਸਦੇ ਵੇਚਿਆ ਜਾ ਰਿਹਾ ਤਾਂ ਮੈਂ ਔਰ ਮੇਰੀ ਫੈਮਿਲੀ ਨੇ ਇਸ ਮੁਹੱਲੇ ਦੇ ਲੋਕਾਂ ਨੂੰ, ਨਵੀਂ ਆਬਾਦੀ ਇਸਲਾਮਾਬਾਦ ਦੇ ਲੋਕਾਂ ਨੂੰ,
ਟੀਚਰ ਕਲੋਨੀ ਦੇ ਲੋਕਾਂ ਨੂੰ, ਧੀਂਗੜਾ ਕਲੋਨੀ ਦੇ ਲੋਕਾਂ ਨੂੰ, ਔਰ ਬਸਤੀ ਚੰਦੋਰਾਂ ਦੇ ਇਹ ਚਾਰ ਮੁਹੱਲਿਆਂ ਦੇ ਲੋਕਾਂ ਨੂੰ ਲੈ ਕੇ ਅਸੀਂ ਇੱਥੇ ਅੰਦੋਲਨ ਸ਼ੁਰੂ ਕਰ ਦਿੱਤਾ। ਕਾਫੀ ਵੱਡਾ ਕਾਫਲਾ ਉਹ ਅੰਦੋਲਨ ਬਣ ਗਿਆ, ਬੜਾ ਬਹੁਤ ਹੀ ਵੱਡਾ। ਜਦੋਂ ਡੇਲੀ ਅਸੀਂ ਕੋਈ ਨਾ ਕੋਈ ਉਹਦੇ ਅੰਦੋਲਨ ਦੇ ਤਹਿਤ ਕਦੇ ਰੈਲੀ ਨਿਕਾਲਣੀ, ਬਾਈਕ ਰੈਲੀ ਨਿਕਾਲ ਲਈ ਜਾਂ ਹੋਰ ਕਈ ਤਰ੍ਹਾਂ ਦੀਆਂ ਰੈਲੀਆਂ ਨਿਕਾਲ ਕੇ ਇਸ ਅੰਦੋਲਨ ਨੂੰ ਲਗਾਤਾਰ ਅਸੀਂ ਤੇਜ਼ ਕਰਦੇ ਗਏ, ਬਹੁਤ ਜ਼ਿਆਦਾ ਤੇਜ਼ ਕਰ ਲਿਆ। ਤਾਂ ਐਂਡ ਸਰਦਾਰ ਮਨਜੀਤ ਸਿੰਘ ਬਰਾੜ ਜੀ DC ਸੀਗੇ ਫਾਜ਼ਿਲਕਾ ਦੇ, ਉਹਨਾਂ ਨੇ ਕਾਫੀ ਖੈਰ ਉੱਪਰ ਅਪਰੋਚ ਕਰਕੇ ਉਹਨਾਂ ਨੇ ਸਰਕਾਰ ਦੇ ਕੋਲੋਂ ਇਸ ਨੂੰ ਵਿਰਾਸਤ ਦਾ ਦਰਜਾ ਦਿਵਾ ਲਿਆ। 2014 ਦੀ ਗੱਲ ਹੈ, 2014 ਦੀ ਗੱਲ ਹੈ। ਉਸ ਤੋਂ ਬਾਅਦ ਦੂਜੀ ਵਾਰੀ ਫਿਰ ਇਸ ਨੂੰ ਦਰਜਾ ਮਿਲਿਆ, ਤੀਜੀ ਵਾਰੀ 2016 ਦੇ ਵਿੱਚ ਇਸ ਨੂੰ ਵਿਰਾਸਤੀ ਦਰਜਾ ਦੇ ਕੇ ਫਾਈਨਲ ਕਰ ਦਿੱਤਾ ਗਿਆ। ਪਰ ਇਸ ਦੀ ਸੰਭਾਲ ਸਰਕਾਰ ਨੇ ਨਹੀਂ ਕੀਤੀ, ਹੈਰੀਟੇਜ ਡਿਪਾਰਟਮੈਂਟ ਨੇ ਇਸ ਨੂੰ ਦੇਖਿਆ ਵੀ ਨਹੀਂ, ਸਿਰਫ ਦਰਜਾ ਦੇ ਕੇ ਉਹਨਾਂ ਨੇ ਕਾਗਜ਼ਾਂ ਦੇ ਵਿੱਚ ਇਸ ਇਮਾਰਤ ਨੂੰ ਛੱਡ ਦਿੱਤਾ। ਹੁਣ ਕੀ ਹੈ, ਇਸ ਸਮੇਂ ਜੋ ਹਾਲਾਤ ਨੇ ਉਹ ਇਹ ਹੈ ਕਿ ਨਗਰ ਸੁਧਾਰ ਟਰੱਸਟ ਸਿਰਫ ਇਸ ਦੇ ਚਾਰ ਪਾਸੇ ਦੀਵਾਰ ਬਣਾ ਰਹੀ ਹੈ। ਉਸ ਦਾ ਟੈਂਡਰ 21 ਤਰੀਕ ਨੂੰ ਖੁੱਲ੍ਹ ਜਾਣਾ, ਉਸ ਤੋਂ ਬਾਅਦ ਇਸ ਦੇ ਚਾਰੇ ਪਾਸੇ ਦੀਵਾਰ ਬਣ ਜਾਏਗੀ। ਅਤੇ ਲੱਗਦਾ ਉਸ ਤੋਂ ਬਾਅਦ ਸ਼ਾਇਦ ਸਰਕਾਰ ਵੀ ਜਾਗ ਪਏ। ਸਾਡੀ ਤਾਂ ਸਰਕਾਰ ਤੋਂ ਮੰਗ ਹੈ ਕਿ ਇਸ ਇਮਾਰਤਾਂ ਨੂੰ, ਜਿਹੜੀਆਂ ਵੀ ਹੈ ਇਤਿਹਾਸਿਕ ਇਮਾਰਤਾਂ, ਫਾਜ਼ਿਲਕਾ ਦੀ ਇਹ ਤਾਂ ਸਭ ਤੋਂ ਪੁਰਾਣੀ ਇਮਾਰਤ ਹੈ, ਇਸ ਦੀ ਸੰਭਾਲ ਹੋਣੀ ਚਾਹੀਦੀ ਹੈ। ਸਰਕਾਰ ਨੂੰ ਅਪੀਲ ਹੈ ਵੀ ਇਸ ਇਮਾਰਤ ਦੀ ਪੂਰੀ ਸਾਂਭ ਸੰਭਾਲ ਕਰੇ, ਤਾਂ ਕਿ ਸਾਡੇ ਆਉਣ ਵਾਲਾ ਜੋ ਵਿਰਸਾ ਹੈ ਉਹ ਇਸ ਇਮਾਰਤ ਤੋਂ ਜਾਣੂ ਹੋ ਸਕੇ, ਸਾਡੀਆਂ ਵਿਰਾਸਤਾਂ ਨੂੰ ਸੰਭਾਲ ਸਕੇ। ਇੱਥੇ ਸਰਕਾਰ ਕੁਛ ਹੈਲਪ ਕਰੇ, ਕੁਛ ਅਸੀਂ ਵੀ, ਮੇਰੇ ਕੋਲ ਕਾਫੀ ਜ਼ਿਆਦਾ ਇਤਿਹਾਸ ਪਿਆ ਫਾਜ਼ਿਲਕਾ ਦਾ, ਮੈਂ ਇੱਥੇ ਲਗਾਉਣ ਨੂੰ ਤਿਆਰ ਹਾਂ, ਉਹਦੀਆਂ ਕਾਪੀਆਂ ਨੇ ਜੋ ਉਹ ਲਿਖਣ ਨੂੰ ਤਿਆਰ। ਫਾਜ਼ਿਲਕਾ ਤੋਂ ਹਰਵੀਰ ਵਰਜਾਂ ਦੇ ਨਾਲ ਬਲਰਾਜ।